ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਚੈਨਲ ਉੱਪਰ एग्जाम ਇਨਫੋ ਬਾਇ ਅਰਸ਼ ਤੇ ਤੇ ਅੱਜ ਦੀ ਇਸ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਜੋ ਹੋਮ ਗਾਰਡ ਦੀਆਂ ਭਰਤੀਆਂ ਨਿਕਲਿਆ ਨੇ 2500 ਭਰਤੀਆਂ ਨੇ ਉਸ ਦੇ ਡਿਟੇਲ ਨੋਟੀਫਿਕੇਸ਼ਨ ਦੇ ਬਾਰੇ ਦੇ ਵਿੱਚ ਤੇ ਉਸ ਦੀ ਕਿੰਨੀ ਫੀਸ ਹੈ ਉਸ ਦੇ ਬਾਰੇ ਵਿੱਚ ਕਿ ਮਰਦਾਂ ਤੇ ਔਰਤਾਂ ਦੇ ਲਈ ਉਸ ਦੇ ਵਿੱਚ ਅਲੱਗ-ਅਲੱਗ ਪੋਸਟਾਂ ਨੇ ਉਸ ਦੇ ਸਬੰਧਿਤ ਤੇ ਕਿੰਨੀ ਫੀਸ ਹੈਗੀ ਹੈ ਉਹਦੇ ਸਬੰਧਿਤ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੀਆਂ ਭਰਤੀਆਂ ਨੇ ਉਹਦੇ ਸਬੰਧਿਤ ਤੇ ਇਹ ਚੈਨ ਹੋਣਾ ਕਿਵੇਂ ਹੈ ਉਹਦੇ ਸਬੰਧਿਤ ਸੋ ਆਉ ਅਸੀਂ ਚਾਹਤੀ ਮਾਰਦੇ ਆ ਕਿ ਜਿਹੜੀਆਂ ਇਹ ਪੋਸਟਾਂ ਨੇ ਉਹਦੇ ਬਾਰੇ ਵਿੱਚ ਸੋ ਆਉ ਸਭ ਤੋਂ ਪਹਿਲਾਂ ਅਸੀਂ ਦੇਖਦੇ ਆ ਕਿ ਜਿਹੜੀਆਂ ਇਹ ਪੋਸਟਾਂ ਨੇ ਉਹ ਰਾਜਸਥਾਨ ਦੇ ਵਿੱਚ ਨਿਕਲੀਆਂ ਨੇ ਜਿੱਥੇ ਤੁਸੀਂ ਪੜ੍ਹ ਸਕਦੇ ਹੋ ਨਿਰਦੇਸ਼ालय ગ્રਹ ਰੱਖਿਆ ਰਾਜਸਥਾਨ ਜੈਪੁਰ ਦੀਆਂ ਸੋ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਲਿਖਿਆ ਹੈ ਕਿ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਪੋਸਟਾਂ ਨੇ ਉਹ 2500 ਨੇ ਤੇ ਇਸ ਦੀ ਜਿਹੜੀ ਲਾਸਟ ਜਿਹੜੀ ਤਰੀਕ ਹੈ ਉਹ 6 ਮਈ 2020 ਹੈ ਤੇ ਸਟਾਰਟ ਹੋਣੀ ਸੀ 7 ਅਪ੍ਰੈਲ ਤੋਂ ਸੋ ਇਹ ਜਿਹੜੀ ਮੇਨ ਗੱਲ ਸਿੱਗੀ ਐ ਇਸ ਦੀ ਉਸ ਤੋਂ ਬਾਅਦ ਅਰਜ਼ੀ ਦੇ ਜਿਹੜੀ ਪ੍ਰਕਿਰਿਆ ਹੈ ਜਿਹੜੇ ਫਾਰਮ ਭਰਨ ਦੀ ਪ੍ਰਕਿਰਿਆ ਹੈਗੀ ਐ ਸੋ ਉਹਨੂੰ ਤੁਸੀਂ ਭਰ ਸਕਦੇ ਹੋ ਜਾ ਕੇ ਇਹ ਲਿਖਿਆ sso.rajasthan.government.in ਤੇ ਪਹਿਲਾਂ ਤੁਸੀਂ ਆਈਡੀ ਬਣਾਉਂਗੇ ਉੱਥੋਂ ਆਈਡੀ ਬਣਾਉਣ ਤੋਂ ਬਾਅਦ ਫਿਰ ਤੁਸੀਂ ਆਪ ਦੇ ਰਜਿਸਟ੍ਰੇਸ਼ਨ ਜਿਹੜੀ ਹੈ ਉੱਥੇ ਕਰ ਸਕਦੇ ਹੋ ਫਾਰਮ ਭਰਨ ਦੇ ਲਈ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹ ਇਹਨਾਂ ਨੇ ਸਾਰਾ ਫਾਰਮ ਭਰਨ ਦਾ ਲਿਖਿਆ ਹੋਇਆ ਹੈ ਕਿ ਤੁਸੀਂ ਕਿਵੇਂ ਭਰ ਸਕਦੇ ਹੋ ਉਸ ਤੋਂ ਬਾਅਦ ਜਿਹੜੀ ਮੇਨ ਗੱਲ ਹੈ ਇਹਦੇ ਵਿੱਚ ਫਾਰਮ ਭਰਨ ਦੀ ਉਹ ਹੈ ਕਿ ਸਮਾਨਿਆ ਤੇ ਅੰਨੇ ਪਿਛੜਾ ਵਰਗ ਮਾਣੇ ਕਿ ਜਿਹੜਾ ਬੀਸੀ ਹੈ, ਓਬੀਸੀ ਹੈ ਤੇ ਜਿਹੜਾ ਜਰਨਲ ਹੈ, ਉਹਦੇ ਲਈ 200 ਰੁਪਏ ਨੇ ਤੇ ਉਸ ਤੋਂ ਬਾਅਦ ਜਿਹੜੇ ਈਡਬਲਯੂਐਸ ਦੇ ਨੇ, ਅਨੁਸੂਚਿਤ ਐਸਸੀ ਐਸਟੀ ਦੇ ਨੇ ਤੇ ਹੋਰ ਜਿੰਨੇ ਵੀ ਗਰੀਬ ਵਰਗ ਨੇ, ਉਹ ਸਾਰਿਆਂ ਦੀ ਫੀਸ ਜਿਹੜੀ 175 ਰੁਪਏ ਰੱਖੀ ਗਈ ਹੈ। ਉਸ ਤੋਂ ਬਾਅਦ ਹੈ ਜੀ ਇਹਦੇ ਵਿੱਚ ਹੋਰ ਕੋਈ ਅਨਾਉਂ ਨਹੀਂ ਹੈਗਾ। ਉਸ ਤੋਂ ਬਾਅਦ ਇਹਨਾਂ ਨੇ ਡਿਸਟ੍ਰਿਕਟਸ ਦੀ ਵੰਡ ਕੀਤੀ ਹੋਈ ਹੈ ਕਿ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੀਆਂ ਪੋਸਟਾਂ ਨੇ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੀਆਂ ਨੇ ਸੋ ਇੱਥੇ ਜਿਹੜੀ ਦੇਖਣ ਲਾਇਕ ਗੱਲ ਹੈ ਉਹ ਇਹ ਹੈ ਕਿ ਇੱਥੇ ਜਿਹੜੀ ਇਹ ਸਮਾਨਿਆ ਵਰਗ ਜਿਵੇਂ ਤੁਸੀਂ ਇੱਥੇ ਪੜ ਸਕਦੇ ਹੋ ਸਮਾਨਿਆ ਵਰਗ ਲਿਖਿਆ ਉਸ ਤੋਂ ਬਾਅਦ ਇੱਥੇ ਮਹਿਲਾ ਦਾ ਖਾਨਾ ਅੱਡ ਹੈ ਤੇ ਪੁਰਸ਼ਾਂ ਦਾ ਖਾਨਾ ਅੱਡ ਸੀਗਾ ਸੋ ਇਹ ਮਹਿਲਾ ਦਾ ਤੇ ਪੁਰਸ਼ ਦਾ ਉਦੋਂ ਹੀ ਇਲਾਵਾ ਵੀ ਜੇਕਰ ਅਸੀਂ ਗੱਲ ਕਰੀਏ ਤਾਂ ਵਿਧਵਾ ਦਾ ਅੱਡ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਵਿਭਿੰਨ ਜਿਹੜਾ ਉਸ ਤੋਂ ਬਾਅਦ ਹੈ ਕਿ ਵਿਛਣ ਵਿਵਾ ਤੇ ਉਹਨਾਂ ਦੀਆਂ ਹੈਗੀਆਂ ਤੇ ਸਮਾਨ ਜਿਹੜੀਆਂ ਔਰਤਾਂ ਨੇ ਉਹਨਾਂ ਦੀ ਉਸੇ ਤਰੀਕੇ ਨਾਲ ਅਨੁਸੂਚਿਤ ਜਾਤੀ ਅਨੁਸੂਚਿਤ ਜਨ ਜਾਤੀ OBC ਤੇ ਉਦੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ EWS MBS ਆਰਥਿਕ ਪਛੜਾ ਵਰਗ BC ਦੀਆਂ ਇਹ ਸਾਰੀਆਂ ਪੋਸਟਾਂ ਨੇ ਤੇ ਇੱਥੇ ਮੈਂ ਦੱਸ ਦੇਣਾ ਚਾਹਣਾ ਕਿ ਜਿਹੜੀਆਂ ਪੰਜਾਬ ਦੇ ਲੋਕ ਜਦੋਂ ਇਸ ਫਾਰਮ ਨੂੰ ਭਰਨਗੇ ਸੋ ਉਹ ਜਿਹੜੇ ਨੇ ਰਾਜਸਥਾਨ ਜਰਨਲ ਜਿਹੜੇ ਅਕਾਊਂਟ ਹੋਣਗੇ ਸੋ ਇੱਥੇ ਪੰਜਾਬ ਦੇ ਜਿਹੜੇ ਸਰਹੱਦੀ ਇਲਾਕੇ ਸੀਗੇ ਉਹਨਾਂ ਦੀਆਂ ਪੋਸਟਾਂ ਦੇ ਉੱਪਰ ਆਪਾਂ ਥੋੜਾ ਡਿਸਕਸ਼ਨ ਕਰ ਲੈਨੇ ਆਂ ਕਿ ਸ਼੍ਰੀ ਗੰਗਾਣਗਰ ਜਿਵੇਂ ਆਪਾਂ ਨੂੰ ਜ਼ਿਲ੍ਹਾ ਪੈਂਦਾ ਹੈ ਸੋ ਆਪਾਂ ਇਹਦੇ ਵਿੱਚ ਉਸ ਨੂੰ ਭਰ ਸਕਦੇ ਆ। ਤੋਂ ਇੱਥੇ ਇੱਕ ਹੋਰ ਆਏਗਾ ਕਿ ਇੱਥੇ ਵੀ ਗੰਗਾਣਗਰ ਜ਼ਿਲ੍ਹੇ ਦੇ ਵਿੱਚ ਲਿਖਿਆ ਇਹਨਾਂ ਕੋਈ ਕੰਪਨੀ ਗੱਜ ਸਿੰਘਪੁਰ ਰਾਏ ਸਿੰਘ ਨਗਰ ਕੰਪਨੀ ਸੋ ਅਸੀਂ ਇੱਥੇ ਭਰ ਸਕਦੇ ਆਂ ਬਿਕਾਣੇਰ ਦੀਆਂ ਭਰ ਸਕਦੇ ਆਂ ਅਸੀਂ। ਸੋ ਇਹ ਕੋਈ ਇਹ ਵੀ ਨਹੀਂ ਹੈ ਕਿ ਤੁਸੀਂ ਕਿੱਥੇ ਭਰਨਾ ਹੈ ਸਿਰਫ ਲਿਖਿਆ ਹੈ ਕਿ ਇਸ ਜਗ੍ਹਾ ਤੇ ਇਨੀਆਂ ਪੋਸਟਾਂ ਨੇ ਤੁਸੀਂ ਭਰ ਸਕਦੇ ਹੋ ਉਸ ਤੋਂ ਬਾਅਦ ਜੁਆਇਨਿੰਗ ਉਹ ਜਿਹੜੀ ਉਸ ਤੋਂ ਬਾਅਦ ਦੇਖੀ ਜਾਏਗੀ। ਸੋ ਇਸ ਤੋਂ ਅੱਗੇ ਅਸੀਂ ਜਿਹੜੀ ਮੇਨ ਜਿਹੜੀ ਚੀਜ਼ ਹੈ ਉਹਦੇ ਤੇ ਨਿਗਾਹ ਮਾਰਦੇ ਆਂ। ਇਹ ਨੂੰ ਅਸੀਂ ਦੇਖਦੇ ਆ ਇੱਥੇ ਤੁਸੀਂ ਹੁਣ ਦੇਖੋ ਕਿ ਇਹਨਾਂ ਨੇ ਸਰੀਰਕ ਜਿਹੜਾ ਉਹ ਮੰਗਿਆ ਹੁਣ ਉਸ ਤੇ ਆਪਾਂ ਨਿਗਾਹ ਮਾਰਦੇ ਆ ਕਿ ਘੱਟੋ ਘੱਟ ਜਿਹੜੀ ਲੰਬਾਈ ਆ ਉਹ 168 ਸੈਂਟੀਮੀਟਰ ਹੋਣੀ ਚਾਹੀਦੀ ਬੰਦਿਆਂ ਦੀ 168 ਸੈਂਟੀਮੀਟਰ ਦੀ ਜੇਕਰ ਅਸੀਂ ਕੈਲਕੂਲੇਸ਼ਨ ਕਰਦੇ ਆ ਤਾਂ ਉਹ 5 ਫੁੱਟ 6 ਇੰਚ ਬਣਦੀ ਹੈ ਤੇ ਮਹਿਲਾਵਾਂ ਦੀ 152 ਹੈ ਯਾਨੀ ਕਿ ਉਹ 5 ਫੁੱਟ 3 ਤੇ ਵੀ ਕੰਮ ਚੱਲ ਜਾਏਗਾ ਉਸ ਵਾਰ ਸੀਨਾ ਜਿਹੜਾ ਕੇਵਲ ਪੁਰਸ਼ਾਂ ਦੇ ਲਈ ਕਿ 81 ਸੈਂਟੀਮੀਟਰ ਬਿਨਾ ਫੁਲਾਏ ਯਾਨੀ ਕਿ ਇਹ ਜਿਹੜੀ ਸੀਗੀ 32 31 ਤੋਂ 32 ਇੰਚ ਹੈਗੀ ਹੈ ਤੇ ਫੁਲਾ ਕੇ ਜਿਹੜੀ ਉਸ ਤੋਂ ਬਾਅਦ ਉਹ 34 33.82 ਬਣਦੀ ਹੈ ਸੋ 34 ਇੰਚ ਜਿਹੜੀ ਆ ਹੋਣੀ ਚਾਹੀਦੀ ਹੈ ਸੋ ਇਹ ਔਰਤਾਂ ਦੇ ਲਈ ਉਸੇ ਤਰ੍ਹਾਂ ਨਾਲ 152 ਸੈਂਟੀਮੀਟਰ ਤੇ ਛਾਤੀ ਜਿਹੜਾ ਉਹ ਲਾਗੂ ਨਹੀਂ ਹੈਗਾ ਤੇ ਔਰਤਾਂ ਦਾ ਜਿਹੜਾ ਭਾਰ ਇੱਥੇ ਘੱਟੋ-ਘੱਟ ਰੱਖਿਆ ਗਿਆ ਕਿ 4.7 ਗੱਲੋਂ ਭਾਰ ਹੋਣਾ ਚਾਹੀਦਾ ਔਰ ਬੰਦਿਆਂ ਦੇ ਵਿੱਚ ਜਿਹੜਾ ਵਜ਼ਨ ਕੋਈ ਲਾਗੂ ਨਹੀਂ ਹੈ ਜਿੰਨਾ ਵੀ ਹੋਏਗਾ ਚੱਲੇਗਾ ਸੋ ਇਹ ਸੀਗੀਆਂ ਜੀ ਤੇ ਉਸ ਤੋਂ ਬਾਅਦ ਇਹਨਾਂ ਨੇ ਕੁਝ ਸ਼ਰਤਾਂ ਲਿਖਿਆ ਹੋਈਆਂ ਨੇ ਜਿਹੜੇ ਯੋਗ ਨਹੀਂ ਹੈਗੇ ਕਿ ਕਿਸੇ ਦੇ ਦੋ ਵਿਆਹ ਨਹੀਂ ਹੋਏ ਹੋਣੇ ਚਾਹੀਦੇ ਸੋ ਇਹ ਦੰਦੀਆਂ ਨੇ ਉਹ ਤੁਸੀਂ ਪੜ ਸਕਦੇ ਹੋ ਨੋਟੀਫਿਕੇਸ਼ਨ ਦੇ ਵਿੱਚ ਆਪ ਕੱਢ ਕੇ ਉਸ ਤੋਂ ਬਾਅਦ ਦੀ ਜਿਹੜੀ ਹੈ ਮੇਨ ਜਿਹੜਾ ਇਹਦੇ ਵਿੱਚ ਸੀਗਾ ਇਹਦੇ ਤਿੰਨ ਚਰਨਾਂ ਦੇ ਵਿੱਚ ਜਿਹੜੀ ਹੈ ਕੀਤਾ ਜਾਏਗਾ ਪਹਿਲੇ ਚਰਨ ਦੇ ਵਿੱਚ ਤਾਂ ਜੀ ਸਿਰਫ ਸਰੀਰਕ ਮਾਪ ਤੋਲ ਪ੍ਰੋਫੈਕਸ਼ਨ ਹੋਏਗਾ ਕਿ ਸਿਰਫ ਫਿਜ਼ੀਕਲੀ ਤੁਹਾਨੂੰ ਟੈਸਟ ਕੀਤਾ ਜਾਏਗਾ ਕਿ ਤੁਸੀਂ ਜਿਹੜੀਆਂ ਇਹਦੀ ਬੇਸਿਕ ਐਲੀਜੀਬਿਲਟੀ ਸੀਗੀ ਤੁਸੀਂ ਉਹਦੇ ਯੋਗ ਹੈਗੇ ਹੋ ਕਿ ਨਹੀਂ ਹੈਗੇਗੇ ਸੋ ਉਹ ਚੈੱਕ ਕਰਨਗੇ ਪਹਿਲਾਂ ਫਿਰ ਦੂਸਰੇ ਚਰਨ ਦੇ ਵਿੱਚ ਕਿ ਸਰੀਰਕ ਦਕਸ਼ਤਾ ਪ੍ਰੀਖਿਆ ਕਿ ਫਿਜ਼ੀਕਲ ਜਿਹੜਾ ਟੈਸਟ ਹੋਏਗਾ ਉਹਦੇ ਵਿੱਚ ਦੋ ਭਾਗ ਬਣਾਏ ਗਏ ਨੇ ਤੇ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੁਰਸ਼ ਵਰਗ ਦੀ ਜਿਹੜੀ ਦੌੜ ਹੈ 1000 ਮੀਟਰ ਦੀ ਹੋਏਗੀ ਤੇ 3 ਮਿੰਟ 40 ਸੈਕਿੰਡ ਤੱਕ ਜਿਹੜਾ ਉਹਨੂੰ ਕਵਰ ਕਰ ਗਿਆ ਉਹਨੂੰ 15 ਨੰਬਰ ਮਿਲਣਗੇ 3 ਮਿੰਟ 20 ਸੈਕਿੰਡ ਤੱਕ ਜਿਹੜਾ ਕਰ ਗਿਆ ਉਹਨੂੰ 23 ਅੰਕ ਮਿਲਣਗੇ 3 ਮਿੰਟ 10 ਸੈਕਿੰਡ ਤੱਕ ਜਿਹੜਾ ਕਰ ਗਿਆ ਉਹਨੂੰ 30 ਅੰਕ ਦੇਣੇ ਆ ਤੇ ਜਿਹੜਾ 3 ਮਿੰਟ 20 ਸੈਕਿੰਡ ਤੱਕ ਕਰ ਗਿਆ ਉਹਨੂੰ 23 ਅੰਕ ਦੇਣੇ ਆ ਸੋ ਇਸ ਤਰ੍ਹਾਂ ਕਿਨ ਠੀਕ ਹੈ ਸੋ ਇਸ ਤਰ੍ਹਾਂ ਕਿ ਇਹ ਨੰਬਰਿੰਗ ਹੋਏਗੀ ਥਰਡ ਚਰਨ ਹੈ ਜਿਹੜਾ ਵਿਸ਼ੇਸ਼ ਯੋਗਤਾਵਾਂ ਉਹਦੇ 20 ਨੰਬਰ ਨੇ ਬਦੋ ਬਦ ਅਗਰ ਕਿਸੇ ਕੋਲੇ NCC ਹੈ ਉਹਨੂੰ ABC ਉਹਦੇ ਸਰਟੀਫਿਕੇਟਸ ਜੇ ਅਕੋਰਡਿੰਗ ਉਹਨੂੰ ਨੰਬਰਸ ਮਿਲਨੇ ਨੇ ਕੰਪਿਊਟਰ ਸਿੱਖਿਆ হেতু ਉਹਨੂੰ 3 ਨੰਬਰ ਨੇ ਅਗਰ ਉਹਨੂੰ ਕੋਈ ਕੰਪਿਊਟਰ ਦੀ ਆਉਂਦੀ ਹੈ ਅਗਰ ਉਹ ਫਿਟਰ ਪਲੰਬਰ ਵੈਲਡਿੰਗ ਮੋਟਰ ਗੱਡੀ ਡੀਜ਼ਲ ਮੈਕੈਨਿਕ ਕਾਰਪੈਂਟਰ ਇਲੈਕਟ੍ਰੀਸ਼ੀਅਨ ਕੁਝ ਵੀ ਹੋਰ ਕੰਮ ਆਉਦਾ ਦੋ ਨੰਬਰ ਉਹਦੇ ਨੇ ਖੇਡਾਂ ਦੇ ਵਿੱਚ ਅਗਰ ਉਹਦੇ ਕੋਲੇ ਕੋਈ ਹੈ ਰਾਸ਼ਟਰੀ ਲੈਵਲ ਦਾ ਹੈ ਰਾਜਿਆ ਲੈਵਲ ਦਾ ਹੈ ਉਹਦੇ ਨੰਬਰਸ ਨੇ ਸਕਾਉਟ ਦੇ ਪ੍ਰਮਾਣ ਪੱਤਰ ਜਿਹਦੇ ਕੋਲ ਹੈਗੇ ਨੇ ਉਹਦੇ ਹਲਕਾ ਭਾਰੀ ਮੋਟਰ ਵਾਹਨ ਚਾਲਕ ਹੈਗਾ ਜੇ ਉਹ ਕਿਹੜਾ ਕਹਿੋ ਜਿਹਾ ਚਲਾ ਲੈਂਦਾ ਹੈ ਹਨਾ ਸੋ ਉਹ ਉਦਾਂ ਦੇ ਉਸ ਤੋਂ ਬਾਅਦ ਹੈ ਕਿ ਫਿਰ ਇਹ ਪ੍ਰੀਖਿਆ ਦੇ ਵਿੱਚ ਸਰੀਰਕ ਦਕਸ਼ਤਾ ਬ੍ਰਿਕਸ਼ਾਲ ਦੇ 3 ਨੰਬਰ ਸੀਗੇ ਵਿਸ਼ੇਸ਼ ਯੋਗਤਾਵਾਂ ਦੇ ਵੀ ਟੋਟਲ 50 ਨੰਬਰ ਦੀ ਜਿਹੜੀ ਮੈਰਿਟ ਬਣਨੀ ਸੀ ਉਹਦੀ ਸੋ ਚੋਣ ਸੂਚੀ ਜਿਵੇਂ ਉਹਨਾਂ ਨੂੰ ਚੁਣਿਆ ਜਾਏਗਾ ਸੋ ਉਹ ਸਿਰਫ ਉਸ ਮੈਰਿਟ ਦੇ ਨੰਬਰ ਬਣਨਗੇ ਤੇ ਉਹਦੇ ਅਕੋਰਡਿੰਗ ਚੁਣਿਆ ਜਾਏਗਾ ਕੋਈ ਪੇਪਰ ਨਹੀਂ ਹੋਏਗਾ ਕੋਈ ਕੁਝ ਨਹੀਂ ਹੈ ਸਿਰਫ ਇਹੀ ਉਹਦਾ ਜਿਹੜਾ ਰੱਖਿਆ ਗਿਆ ਤੇ ਇਹਦੀ ਜਿਹੜੀ ਸੀਗੋ 8th ਪਾਸ ਜਿਹੜੇ ਉਹ ਚਾਹੀਦੇ ਸੀਗੇ ਸੋ ਇਹ ਸੀਗੀਆਂ ਪੋਸਟਾਂ ਸਾਰੀਆਂ ਆਪਣੇ ਇਸ ਦੇ ਲਈ ਸੋ ਤੁਸੀਂ ਦੇਖ ਸਕਦੇ ਹੋ ਇਹ ਨੋਟੀਫਿਕੇਸ਼ਨ ਤਾਂ ਜਿਹੜਾ 4 ਮਾਰਚ ਨੂੰ ਨਿਕਲਿਆ ਸੀ ਪਰ ਜਿਹੜੀ ਇਹਦੀ ਫਾਰਮ ਫਿਲਿੰਗ ਡੇਟ ਹੈ ਉਹ 7 ਅਪ੍ਰੈਲ ਸੀਗੀ ਇਸ ਕਰਕੇ ਇਸ ਨੂੰ ਜਿਹੜੀ ਵੀਡੀਓ ਹੁਣ ਪਾਈ ਗਈ ਹੈ ਤੇ ਤੁਸੀਂ ਇਸ ਨੂੰ ਭਰ ਸਕਦੇ ਹੋ ਇਹਦੀ ਜਿਹੜੀ ਤਰੀਕ ਹੈ ਤੁਸੀਂ ਦੇਖੀ ਲੀਤੀ ਹੈ ਕਿ ਉਹ 6 ਮਈ ਜਿਹੜੀ ਇਹਦੀ ਲਾਸਟ ਤਰੀਕ ਹੈ ਸੋ ਤੁਸੀਂ ਫਾਰਮ ਭਰ ਸਕਦੇ ਹੋ 200 ਰੁਪਿਆ ਹੈ ਤੁਸੀਂ ਥੋੜੀ ਬਹੁਤੀ ਤਿਆਰੀ ਆਪਣੀ ਜਾਰੀ ਕਰੋ ਕਿਉਂਕਿ ਪੰਜਾਬ ਵਿੱਚ ਤਾਂ ਭਰਤੀ ਆ ਨਹੀਂ ਰਹੀ ਸੋ ਉਸ ਦੇ ਲਗਭਗ ਸਟੇਟ ਦੇ ਵਿੱਚ ਜੇ ਕੋਈ ਭਰਤੀ ਆਈ ਉਸ ਨੂੰ ਤੁਹਾਨੂੰ ਜਰੂਰ ਭਰਨੀ ਚਾਹੀਦੀ ਹੈ ਸੋ ਮੇਰੇ ਵੱਲੋਂ ਦਿਲੋਂ ਦੁਆਵਾਂ ਆਪ ਸਭ ਦੇ ਲਈ ਜਿੰਨੇ ਵੀ ਤਿਆਰੀਆਂ ਕਰਨੀਆਂ ਚਾਹੁੰਦੇ ਨੇ ਸੋ ਇਸੇ ਤਰੀਕੇ ਦੀਆਂ ਹੋਰ ਜਾਣਕਾਰੀਆਂ ਸਾਂਝੀਆਂ ਕਰਦੇ ਰਹਾਂਗੇ ਵੀਡੀਓਜ਼ ਦੇਖਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਾਣਕਾਰੀ ਚੰਗੀ ਲੱਗੇ ਉਹ ਵੀਡੀਓਜ਼ ਨੂੰ ਸ਼ੇਅਰ ਵੀ ਕਰੋ ਲਾਈਕ ਵੀ ਕਰੋ ਧੰਨਵਾਦ ਥੈਂਕ ਯੂ ਵੈਰੀ ਮਚ ਵੀਡੀਓ ਨੂੰ ਦੇਖਣ ਲਈ